आखिर क्यों हो रही है फिल्म लाल सिंह चड्ढा नूं बाइकॉट करन दी साजिश? इस दे पिछे जिहड़े कारण ने ओह जाण के तुसीं हैरान रह जाओगे। इस समय बाइकॉट लाल सिंह चड्ढा सोशल मीडिया दे उपर ट्रेंड कर रहा है ते सोशल मीडिया दे उपर लोग पूरे जोर शोर नाल इस फिल्म नूं ना देखण दी मंग कर रहे ने। उत्थे ही आमिर खान लोकां नूं रिक्वेस्ट कर रहे ने कि ओह उहनां दी फिल्म दा बाइकॉट ना करन। आखिर अजिहा की है कि लोग लाल सिंह चड्ढा फिल्म नूं बिना देखे ही उसदा बाइकॉट कर रहे ने? किते इस फिल्म नूं बाइकॉट करन दा कारण आमिर खान ते करीना कपूर दे जिहड़ा पिछे खान लगदा है ओह तां नहीं? ते अज दी इस सारे इन सवालों के जवाब देवे। सो जुड़े रहो मेरे नाम तो होस्ट जसप्रीत सिंह, देख रहे हो जोर टीवी। बॉलीवुड के मिस्टर परफेक्ट कहे जाने वाले आमिर खान की एक अलग पहचान है। भावें कि वह फिल्मा बहुत घट करते हैं पर फिल्मों के एक अलग तरह की कहानी लेके आनी अपने किरदार के जान पाउनी बखूबी आमिर खान को आती है। इस बार भी उन्होंने नवी आने वाली फिल्म लाल सिंह चड्ढा रिलीज होने तो पहला ही चर्चा के आ गई है। उन्होंने यह फिल्म 11 अगस्त को रिलीज हो जा रही है। उस तो पहला ही सोशल मीडिया के उत्ते बाइकॉट लाल सिंह चड्ढा ट्रेंड कर रहा है। तो यह लोग सोशल मीडिया के उत्ते आमिर खान और करीना कपूर ने जिहड़े पुराने बयान दिए सन उन्होंने वायरल कर रहे हैं। जिहड़े दर्शकों हमेशा एक चंगी फिल्म देखने की लालसा होंदी सी ओह हुण अजिहा क्यों कर रहे ने? ते जिहड़े दर्शकों नूं हमेशा चंगा मनोरंजन चाहिए सी ओह हुण राजनीति दे विच किवें आ गए? ते ओह लोक किहड़े ने जिन्हां दे दर्शकों के मन दे विच राजनीति की यह अग भड़काई है? असल दे विच आमिर खान ने पहला कई अजिहे बयान दिते ने जिस दे कारण दर्शकों दे विच उसकी इमेज एक विरोधी इंसान वाली बन चुकी है। ते उन्होंने कई अजिहे काम किए जिहड़े इंडिया दे विच लोकां नूं पसंद नहीं आए। उन्होंने कई पिछलियां फिल्मों नूं लैके उन्होंने उपर दोष लग रहे हैं कि वह हमेशा हिंदू धर्म का अपमान करते हैं, खासकर पीके फिल्म नूं लैके। वैसे तो पीके फिल्म 2014 ਦੇ ਵਿੱਚ ਰਿਲੀਜ਼ ਹੋਈ ਸੀ ਤੇ ਉਸਨੇ ਚੰਗਾ ਕਾਰੋਬਾਰ ਵੀ ਕੀਤਾ ਸੀ ਪਰ ਫਿਰ ਵੀ ਕਈ ਲੋਕਾਂ ਨੇ ਇਸ ਫਿਲਮ ਦਾ ਉਸ ਟਾਈਮ ਵਿਰੋਧ ਕੀਤਾ ਸੀ। ਹੁਣ ਕਈ ਲੋਕ ਪੀਕੇ ਦੇ ਸਕਰੀਨਸ਼ਾਟ ਲੈ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਹਨ ਤੇ ਇਹ ਦੱਸਦੇ ਹਨ ਕਿ ਕਿਵੇਂ ਆਮਿਰ ਖਾਨ ਨੇ ਇਸ ਫਿਲਮ ਦੇ ਵਿੱਚ ਪਰਮਾਤਮਾ ਦਾ ਮਜ਼ਾਕ ਬਣਾਇਆ ਹੈ। ਇਸ ਤੋਂ ਬਾਅਦ ਆਮਿਰ ਖਾਨ ਦੀ ਇਸ ਫਿਲਮ ਦੇ ਵਿਰੋਧ ਦਾ ਕਾਰਨ ਉਹਨਾਂ ਦਾ ਤੁਰਕੀ ਦੇ ਨਾਲ ਸੰਬੰਧ ਵੀ ਦੱਸਿਆ ਜਾ ਰਿਹਾ ਹੈ। ਸਾਲ 2020 ਦੇ ਵਿੱਚ ਆਮਿਰ ਖਾਨ ਨੇ ਆਪਣੀ ਇਸ ਫਿਲਮ ਦੀ ਸ਼ੂਟਿੰਗ ਤੁਰਕੀ ਦੇ ਵਿੱਚ ਕੀਤੀ ਸੀ। ਉੱਥੇ ਉਹਨਾਂ ਨੇ ਉਸ ਸਮੇਂ ਦੇ ਰਾਸ਼ਟਰਪਤੀ ਦੀ ਪਤਨੀ ਏਮਜ਼ ਉਦਮਾਨ ਦੇ ਨਾਲ ਮੁਲਾਕਾਤ ਵੀ ਕੀਤੀ ਸੀ। ਸੋਸ਼ਲ ਮੀਡੀਆ ਤੇ ਜਦੋਂ ਇਹਨਾਂ ਦੋਨਾਂ ਦੀ ਫੋਟੋ ਸਾਹਮਣੇ ਆਈ ਸੀ ਤਾਂ ਇੰਡੀਆ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਰੌਲਾ ਰੱਪਾ ਪਿਆ ਸੀ ਤੇ ਲੋਕ ਉਹਨਾਂ ਦੇ ਇਹ ਕਦਮ ਨੂੰ ਲੈ ਕੇ ਕਾਫੀ ਜ਼ਿਆਦਾ ਨਾਰਾਜ਼ ਵੀ ਹੋਏ ਸਨ। ਉਹਨਾਂ ਦਾ ਕਹਿਣਾ ਸੀ ਚੀਨ ਅਤੇ ਪਾਕਿਸਤਾਨ ਤੋਂ ਬਾਅਦ ਭਾਰਤ ਦੇ ਸਭ ਤੋਂ ਵੱਡੇ ਦੁਸ਼ਮਣ ਤੁਰਕੀ ਦੇ ਨਾਲ ਉਹਨਾਂ ਦੀ ਇਸ ਤਰ੍ਹਾਂ ਦੋਸਤੀ ਠੀਕ ਨਹੀਂ ਹੈ ਤੇ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਨੂੰ ਮਿਲ ਕੇ ਆਮਿਰ ਖਾਨ ਨੇ ਆਪਣੇ ਦੇਸ਼ ਦਾ ਅਪਮਾਨ ਕੀਤਾ ਹੈ। ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਕਈ ਸਾਲ ਪਹਿਲਾਂ ਆਮਿਰ ਖਾਨ ਜਦੋਂ ਸੈਤੇ ਮੇ ਜੈਤੇ ਪ੍ਰੋਗਰਾਮ ਨੂੰ ਹੋਸਟ ਕਰ ਰਹੇ ਸਨ ਤੇ ਉਸ ਦੇ ਇੱਕ ਐਪੀਸੋਡ ਦੇ ਵਿੱਚ ਆਮਿਰ ਖਾਨ ਨੇ ਕਿਹਾ ਸੀ ਕਿ ਸ਼ੈਵਲਿੰਗ ਦੇ ਉੱਪਰ 20 ਰੁਪਈਆਂ ਦੇ ਦੁੱਧ ਚੜਾਉਣ ਨਾਲੋਂ ਚੰਗਾ ਹੈ ਤੁਸੀਂ ਕਿਸੇ ਭੁੱਖੇ ਬੱਚੇ ਨੂੰ ਖਾਣਾ ਖਵਾ ਦਿਓ। ਤੇ ਉਹਨਾਂ ਦੀ ਇਸ ਗੱਲ ਨੂੰ ਲੈ ਕੇ ਉਸ ਸਮੇਂ ਵੀ ਆਮਿਰ ਖਾਨ ਦੇ ਉੱਪਰ ਕਈ ਲੋਕਾਂ ਨੇ ਨਿਸ਼ਾਨਾ ਸਾਧਿਆ ਸੀ ਤੇ ਹੁਣ ਲੋਕ ਕਹਿ ਰਹੇ ਨੇ ਕਿ ਉਹ ਲਾਲ ਸਿੰਘ ਚੱਡਾ ਫਿਲਮ ਦੇ ਉੱਪਰ ਪੈਸੇ ਖਰਚਣ ਨਾਲੋਂ ਕਿਸੇ ਗਰੀਬ ਬੱਚੇ ਨੂੰ ਖਾਣਾ ਖਵਾ ਦੇਣਗੇ। ਇਹਨਾਂ ਸਭ ਤੋਂ ਬਿਨਾਂ ਆਮਿਰ ਖਾਨ ਨੇ ਆਪਣੀ ਐਕਸ ਪਤਨੀ ਕੈਰਨ ਰਾਓ ਬਾਰੇ ਗੱਲ ਕਰਦੇ ਕਿਹਾ ਸੀ ਕਿ ਉਹਨਾਂ ਦੀ ਪਤਨੀ ਨੂੰ ਭਾਰਤ ਦੇ ਵਿੱਚ ਰਹਿਣ ਤੋਂ ਡਰ ਲੱਗਦਾ ਹੈ। ਉਹਨਾਂ ਦੇ ਇਸ ਗੱਲ ਦੇ ਕਾਰਨ ਵੀ ਪੂਰੇ ਦੇਸ਼ ਦੇ ਵਿੱਚ ਹੰਗਾਮਾ ਮਚ ਗਿਆ ਸੀ। ਉਸ ਸਮੇਂ ਵੀ ਲੋਕਾਂ ਨੇ ਆਮਿਰ ਖਾਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਲੋਕ ਕਹਿ ਰਹੇ ਹਨ ਕਿ ਆਮਿਰ ਖਾਨ ਨੇ ਆਪਣੇ ਕੈਰੀਅਰ ਦੇ ਵਿੱਚ ਸਿਰਫ 40 ਫਿਲਮਾਂ ਕੀਤੀਆਂ ਹਨ ਜਿਨ੍ਹਾਂ ਦੇ ਵਿੱਚ 14 ਫਿਲਮਾਂ ਹਾਲੀਵੁੱਡ ਦੀਆਂ ਰਿਮੇਕ ਨੇ ਤੇ 10 ਫਿਲਮਾਂ ਸਾਊਥ ਦੀਆਂ ਰਿਮੇਕ ਨੇ। ਮਤਲਬ ਕਿ ਉਹਨਾਂ ਦੀ ਜ਼ਿਆਦਾਤਰ ਫਿਲਮਾਂ ਓਰੀਜਨਲ ਨਹੀਂ ਹਨ। ਇਸ ਕਰਕੇ ਉਹਨਾਂ ਨੂੰ ਮਿਸਟਰ ਪਰਫੈਕਟ ਕਹਾਉਣ ਦਾ ਵੀ ਹੱਕ ਨਹੀਂ ਹੈ। ਇਸ ਦਾ ਕਾਰਨ ਇੱਕ ਇਹ ਵੀ ਹੈ ਕਿ ਫਿਲਮ ਲਾਲ ਸਿੰਘ ਚੱਡਾ ਹਾਲੀਵੁੱਡ ਦੀ ਫਿਲਮ ਫੋਰੈਸਟ ਗੰਮ ਦਾ ਆਫੀਸ਼ੀਅਲ ਰਿਮੇਕ ਹੈ ਤੇ ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਹੁਣ ਕਰੀਨਾ ਕਪੂਰ ਨੂੰ ਵੀ ਘਸੀਟਿਆ ਜਾ ਰਿਹਾ ਹੈ। ਇਸ ਦੇ ਵਿੱਚ ਹੁਣ ਕਰੀਨਾ ਕਪੂਰ ਦਾ ਵੀ ਇੱਕ ਕਲਿੱਪ ਵਾਇਰਲ ਹੋ ਰਿਹਾ ਹੈ ਜਿਸ ਦੇ ਵਿੱਚ ਉਹ ਨੈਪੋਟਿਜ਼ਮ ਬਾਰੇ ਗੱਲ ਕਰ ਰਹੀ ਸੀ ਤੇ ਉਸਨੇ ਬਿਆਨ ਦਿੱਤਾ ਸੀ ਕਿ ਫਿਲਮੀ ਸਟਾਰਾਂ ਦੇ ਬੱਚਿਆਂ ਦੇ ਪਿੱਛੇ ਲੋਕ ਭੱਜਦੇ ਹਨ, ਜੇਕਰ ਤੁਸੀਂ ਉਹਨਾਂ ਦੀ ਫਿਲਮਾਂ ਨਹੀਂ ਦੇਖਣਾ ਚਾਹੁੰਦੇ ਤਾਂ ਨਾ ਦੇਖੋ। ਲੋਕਾਂ ਦਾ ਕਹਿਣਾ ਹੈ ਕਿ ਉਹ ਸਾਰੇ ਹਾਲੀਵੁੱਡ ਫਿਲਮ ਫੋਰੈਸਟ ਗੰਪ ਨੂੰ ਦੇਖ ਚੁੱਕੇ ਹਨ, ਇਸ ਕਰਕੇ ਲਾਲ ਸਿੰਘ ਚੱਡਾ ਦੇਖਣ ਦੇ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ ਤੇ ਆਮਿਰ ਖਾਨ ਨੇ ਲੋਕਾਂ ਨੂੰ ਆਪਣੀ ਇਸ ਫਿਲਮ ਦਾ ਵਿਰੋਧ ਨਾ ਕਰਨ ਦੀ ਅਪੀਲ ਕੀਤੀ ਹੈ ਤੇ ਉਹਨਾਂ ਨੇ ਆਪਣੇ ਇਸ ਬਿਆਨ ਦੇ ਵਿੱਚ ਕਿਹਾ ਹੈ। ਆਮਿਰ ਖਾਨ ਨੇ ਆਪਣੇ ਇਸ ਬਿਆਨ ਦੇ ਵਿੱਚ ਕਿਹਾ ਹੈ ਕਿ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਮੈਂ ਭਾਰਤ ਨੂੰ ਪਸੰਦ ਨਹੀਂ ਕਰਦਾ, ਜਦਕਿ ਬਿਲਕੁਲ ਝੂਠ ਹੈ। ਮੈਂ ਆਪਣੇ ਦੇਸ਼ ਨੂੰ ਬਹੁਤ ਪਸੰਦ ਕਰਦਾ ਹਾਂ, ਇਸ ਕਰਕੇ ਤੁਸੀਂ ਮੇਰੀ ਫਿਲਮ ਜ਼ਰੂਰ ਦੇਖਣ ਜਾਓ। ਹੁਣ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਲੋਕਾਂ ਦੇ ਉੱਪਰ ਆਮਿਰ ਖਾਨ ਦੀ ਇਸ ਫਿਲਮ ਦਾ ਕੀ ਪ੍ਰਭਾਵ ਪੈਂਦਾ ਹੈ। ਜੇਕਰ ਆਪਾਂ ਇਹ ਸਾਰੀਆਂ ਚੀਜ਼ਾਂ ਦੀ ਤੁਲਨਾ ਕਰੀਏ ਕਿ ਆਮਿਰ ਖਾਨ ਨੇ ਜਿਹੜਾ ਕਿਹਾ ਜਾਂ ਕੀਤਾ ਉਸ ਦੇ ਪਿੱਛੇ ਕੀ ਕਾਰਨ ਹਨ ਤੇ ਜਿਹੜੀ ਉਹਨਾਂ ਦੀ ਪਤਨੀ ਦੀ ਸਟੇਟਮੈਂਟ ਸੀ, ਆਮਿਰ ਖਾਨ ਨੇ ਉਸ ਸਟੇਟਮੈਂਟ ਨੂੰ ਲੋਕਾਂ ਦੇ ਸਾਹਮਣੇ ਸਿਰਫ ਪੇਸ਼ ਕੀਤਾ ਸੀ। ਇੰਡੀਆ ਦੇ ਵਿੱਚ ਰਹਿਣ ਤੋਂ ਡਰ ਲੱਗਣ ਵਾਲਾ ਬਿਆਨ ਉਹਨਾਂ ਦੀ ਪਤਨੀ ਦਾ ਸੀ। ਆਮਿਰ ਖਾਨ ਨੇ ਸਿਰਫ ਉਹਨਾਂ ਦੇ ਬਿਆਨ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਤੇ ਉਸ ਤੋਂ ਬਾਅਦ ਤੁਰਕੀ ਦੇ ਰਾਸ਼ਟਰਪਤੀ ਦੀ ਪਤਨੀ ਨੂੰ ਮਿਲਣਾ ਇਹ ਸਭ ਨਾਰਮਲ ਗੱਲਾਂ ਹਨ। ਇਹ ਇੱਕ ਆਮ ਜੀ ਗੱਲ ਹੈ ਕਿ ਜੇਕਰ ਕੋਈ ਸੁਪਰ ਸਟਾਰ ਕਿਸੇ ਦੇਸ਼ ਦੇ ਵਿੱਚ ਜਾਂਦਾ ਹੈ, ਉਹ ਵੀ ਤੁਰਕੀ ਵਰਗੇ ਦੇਸ਼ ਦੇ ਵਿੱਚ ਜਿੱਥੇ ਲੋਕਾਂ ਨੂੰ ਬਾਲੀਵੁੱਡ ਦੇ ਗਾਣੇ ਮੂੰਹ ਜਵਾਨੀ ਯਾਦ ਨੇ, ਤਾਂ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਕਿ ਉੱਥੋਂ ਦੇ ਰਾਜਨੇਤਾ ਉਸ ਦੇ ਨਾਲ ਫੋਟੋ ਜ਼ਰੂਰ ਕਰਵਾਉਣਗੇ ਤੇ ਇੰਡੀਆ ਤੋਂ ਜਿਹੜੀ ਬਾਲੀਵੁੱਡ ਫਿਲਮਾਂ ਦੀ ਟੀਮ ਤੁਰਕੀ ਦੇ ਵਿੱਚ ਸ਼ੂਟਿੰਗ ਕਰਨ ਲਈ ਜਾਵੇਗੀ ਉੱਥੇ ਸ਼ੂਟਿੰਗ ਦੀ ਪਰਮਿਸ਼ਨ ਲੈਣ ਦੇ ਲਈ ਵੀ ਉਹਨਾਂ ਨੂੰ ਲੀਡਰਾਂ ਨੂੰ ਮਿਲਣਾ ਪਵੇਗਾ। ਤੇ ਆਪਾਂ ਇਹ ਵੀ ਜਾਣਦੇ ਹਾਂ ਕਿ ਹਰ
कोई चाहता है कि वह किसी दूजे देश के सैलीब्रिटी के नाल फोटो खिंचवावे तो इस दे विच जेकर अमीर खान उत्थों दे राष्ट्रपति की पत्नी के नाल मिलना भी पै गया तो इस दे विच कोई वड्डी गल नहीं है। रही गल पीके फिल्म की कि पीके फिल्म दे विच अमीर खान ने हिंदू धर्म का अपमान किया है। जेकर तुसीं ठंडे दिमाग दे नाल हिंदू सिख मुसलमान ईसाई सारिया चीज़ों नूं साइड ते रख के सोचते हो तो अमीर खान इस फिल्म दे विच किसी विशेष धर्म के विरुद्ध नहीं सन। वह इस फिल्म दे विच अंधविश्वास ते पखंडी बाबियां दे विरुद्ध सन जिहड़े कि किसी भी धर्म दे विच हो सकते हैं। तो यह सारिया गल्लां जनता नूं पसंद भी आईयां तां ही यह फिल्म हिट हुई सी। इस फिल्म के हिट होने का कारण एक अलग तरह की स्टोरी सी। यह फिल्म किसी धर्म के विरुद्ध नहीं सी बल्कि इस फिल्म दे विच उन्होंने अंधविश्वास फैलाउण वाले अते पखंडी बाबियां तों लोकां नूं सुचेत कीता सी। इत्थे असीं यह कह सकते हैं कि जेकर लाल सिंह चड्ढा एक बुरी फिल्म है तो उसनूं फ्लॉप होने तो कोई नहीं बचा सकता, पर असीं अखां बंद करके इधर उधर दीआं गल्लां सुण के यह फिल्म नूं जज ना करिए। बाकी इस फिल्म देखना ना देखना तुहाडी अपनी मर्जी है। तुहानूं साडी इह वीडियो किदां लगी कमेंट करके जरूर दसना। साडे यूट्यूब दे चैनल ज्योति नूं जरूर सबसक्राइब करना ते फेसबुक दे पेज ज्योति नूं जरूर फॉलो करना। धन्यवाद।